ਬਣਾ ਲਿਆ ਨਾ ਗਰਮੀ ਹੈ ਨਾਲੇ ਹਲਕਾ ਜਿਹਾ ਖਾਣਾ ਹੈ ਨਾ ਜਿਹੜੇ ਰੋਟੀ ਖਾ ਕੇ ਇੰਨੀ ਆ ਪਰੀਨ ਲੱਗਦੀ ਹੈ ਫਿਰ ਕਿਤੇ ਉਹ ਵੀ ਕੁੱਤੇ ਦੀ ਹੁਣ ਪਾਣੀ ਪੀ ਜਾਓ ਮੌਸਮ ਇਹ ਜਾ ਆ ਗਿਆ ਛੱਡ ਕੇ ਲਿਆਵਾਂ ਉਧਰ ਚਾ ਇਹਨੂੰ ਤੂੰ ਫੱਟ ਲਿਆ ਹਾਂ चौल हो गए नमकीन चौल हो गए मिठे हो गए कोई दलिया हो गया खिचड़ी होगी फिर देसी घ्यो च बनाने होंने ये अपना देसी घ्यो है कड़छी पावांगे आपां देसी घ्यो दी जे तड़क दे थोड़ा बहुत हल्का जा आलू लाए ने जी प्याज लाए ने ये अपना चौल धो ले जीरा भी थोड़ा ही जीरा ले आए हो भुल्ले आए जीरा जल्दी जल जाता लग जाता सोना साग सब्जी है ये हाँ
ਬਣ ਗਿਆ। ਔਰ ਇਹਦੇ ਵਿੱਚ ਆਪਾਂ ਉਹਦੀ ਮਿਰਚ ਵੀ ਪਾਵਾਂਗੇ। ਹਰੀ ਮਿਰਚ ਤਾਂ ਹੀ ਹੋਣੀ ਹੈ ਨਾ, ਲਾਲੇ ਪਾ ਦਾ ਲਾਲ ਪਾ ਤੇ ਹੈਗੀ ਇਸ ਲਾਲ ਵੱਡੀ ਵੀ ਥੋੜੀ ਹੋਣੀ ਇਹਦੇ ਜੋਗੀ ਤਾਂ ਹੈਗੀ ਹੈ। ਚਲ ਹੋਰ ਕੱਢ ਲਾਂ ਮੈਂ ਤੇ ਹਰੀਓ ਪਾ ਦਾਂਗੇ ਬਾਅਦ ਚ ਕੱਟ ਕੇ ਫਿਰ ਦਿੰਦੇ ਆ। ਜਿੰਨੇ ਚੌਲ ਸੀਗੇ ਤੂੰ ਡਬਲ ਪਾਣੀ ਦੇ ਦੇਣਾ ਜੀ। ਦੋ ਗਲਾਸ ਪਾ ਦਿੰਦੇ ਜਿੰਨੇ ਆਪਣੇ ਚੌਲ ਹੁੰਦੇ ਨੇ ਜੀ ਉਦੋਂ ਡਬਲ ਪਾਣੀ ਪੈ ਜਾਂਦਾ। ਤੇ ਹੁਣ ਆਪਾਂ ਤੜਕੇ ਦੇ ਵਿੱਚ ਇਹ ਜਿਹੜੇ ਚੌਲ ਸੀਗੇ ਚੰਗੀ ਤਰ੍ਹਾਂ ਭੁੰਨ ਲਏ, ਹੁਣ ਇਹਦੇ ਵਿੱਚ ਪਾਣੀ ਪਾ ਦਾਂਗੇ। ਤੇ ਫਿਰ 10 ਮਿੰਟ ਵਾਸਤੇ ਇਹਨਾਂ ਨੂੰ ਆਪਾਂ ਢੱਕ ਕੇ ਰੱਖ ਦਾਂਗੇ ਪੱਕਣ ਵਾਸਤੇ। ਫਿਰ ਉਸ ਤੋਂ ਬਾਅਦ ਦੇਖਦੇ ਹਾਂ ਆਪਣੇ ਚੌਲ ਬਣ ਕੇ ਤਿਆਰ ਨੇ। ਅਸੀਂ ਵਿੱਚ ਆਲੂ ਵੀ ਐਡ ਕੀਤਾ ਹੈ ਜੀ, ਵਧੀਆ ਲੱਗਦੇ ਨੇ। ਇਹ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ। ਹੁਣ ਇਹਨਾਂ ਨੂੰ ਢੱਕ ਕੇ ਬੰਦ ਕਰ ਦਿੰਦੇ ਹਾਂ। ਚੌਲ ਬਣ ਗਏ ਜੀ ਆਪਣੇ, ਅਤੇ ਦਹੀਂ ਨਾਲ ਖਾਵਾਂਗੇ। ਇਹ ਵਿੱਚ ਕਾਲਾ ਲੂਣ ਮਿਰਚ ਪਾਵਾਂਗੇ। ਇਹ ਦੇਖੋ ਹੁਣ ਐਵੇਂ ਪਹਿਲਾਂ ਢੱਕਦੇ ਨਹੀਂ ਹੈਗੇ, ਥੋੜ੍ਹੇ ਠੰਡੇ ਹੋ ਜਾਣਗੇ, ਬਹੁਤ ਗਰਮ ਨੇ। ਵਾਹਿਗੁਰੂ ਜੀ, ਹੁਣ ਇੱਕ ਤਾਂ ਪਾਣੀ ਬਹੁਤ ਪੀਤਾ ਜਾਂਦਾ। ਵੀਰ ਜੀ ਆਏ ਤਾਂ ਨਹੀਂ ਖੇਤੋਂ? ਨਾ ਹਜੇ ਨਹੀਂ ਆਏ, ਆਪਣੇ ਪਾ ਲੈਂਦੇ ਨੇ, ਦੇਖ ਲੈਂਦੇ। ਹਾਂ ਆਪਾਂ ਦੋ ਲੈ ਲੈਂਦੇ ਹਾਂ, ਮੰਮੀ ਮੰਮੀ ਲੈ ਲੂ ਅਤੇ ਬੱਚਿਆਂ ਨੇ ਅੰਦਰ ਹੀ ਲੈ ਜਾਣੇ ਨੇ। ਆਪਾਂ ਦੇਖ ਲੈਂਦੇ ਹਾਂ ਮੰਮੀ ਕਿੱਥੇ ਨੇ, ਉੱਥੇ ਆਪਾਂ ਬਹਿ ਜਾਵਾਂਗੀਆਂ। ਹੋਰ ਠੰਡੇ ਹੋ ਜਾਣਗੇ ਬੱਚਿਆਂ ਦੇ ਤਾਂ। ਠੀਕ ਹੈ, ਪਹਿਲਾਂ ਡੈਡੀ ਨੂੰ ਉੱਪਰ ਪਹੁੰਚਾ ਦਿੰਦੇ ਹਾਂ। ਹਾਂ ਡੈਡੀ ਜੀ ਵਾਹਿਗੁਰੂ ਜੀ। ਦੁਪਹਿਰੇ ਅਸੀਂ ਬਹੁਤੇ ਚੌਲ ਜਾਂ ਕੋਈ ਹੋਰ ਚੀਜ਼ ਬਣਾਉਂਦੇ ਹੁੰਦੇ, ਬਹੁਤੀ ਤਾਂ ਨਹੀਂ ਬਣਾਉਂਦੇ। ਸਵੇਰੇ ਜਦੋਂ ਰੱਜ ਕੇ ਰੋਟੀ ਖਾ ਲੈਂਦੇ ਦਿਨ ਚੜ੍ਹੇ, ਫਿਰ ਦੁਪਹਿਰੇ ਇੰਨੀ ਭੁੱਖ ਨਹੀਂ ਲੱਗਦੀ। ਹੁਣ ਤਾਂ ਪਾਣੀ ਵੀ ਬਹੁਤ ਪੀਤਾ ਜਾਂਦਾ। ਫਿਰ ਆਪਣਾ ਵੀਰ ਜੀ ਆ ਗਏ, ਮੈਨੂੰ ਲੱਗਦਾ ਆਵਾਜ਼ ਮਾਰ ਰਹੇ ਨੇ। ਪਹਿਲਾਂ ਤੁਹਾਨੂੰ ਯਾਦ ਕਰਕੇ ਹਟੇ ਇਹ ਆਪਣੀਆਂ ਸੀ ਚਾਰਾਂ ਦੀਆਂ। ਚੱਲ ਇੱਕ ਵੀਰ ਜੀ ਦੇ ਦਾਂਗੇ। ਠੀਕ ਹੈ, ਬਾਹਰ ਹਾਂ ਮਿੱਟੀ ਬਹੁਤ ਹੈ। ਮੰਮੀ ਨੂੰ ਲੈ ਤਾਂ ਉੱਧਰ ਹੀ ਹੋਣੀ। ਮੰਮੀ ਆ ਜਾਓ, ਮਿੱਟੀ ਤਾਂ ਪਾਊਡਰ ਵਾਂਗੂ ਲੱਗਦੀ ਹੈ। ਮੈਂ ਕਿਹਾ ਉਹਨਾਂ ਨੇ ਜਮ ਆਵਾਜ਼ ਮਾਰੀ ਹੈ ਵੀ ਆਉਣੀ ਹੈ। ਹਾਂ ਬਸ ਬਸ ਬਸ
खादा जाऊ मम्मी तो दंदा रोटी नाल तां भारी जम लैंदा है इहदे दही नाले वधिया लगदे आ अज कल तां खिचड़ी चौल बहुत वधिया लगदे दुपहर नूं तकरीबन इही खा लैणे जी ਮੇਰੇ ਖਿਚੜੀ ਜਾਣ ਦੇ ਸੀ ਲੱਗਦੇ ਨਾ ਮੈਂ ਚੌਲ ਤੋਂ ਚੌਲ ਚਿੱਟੇ ਨਹੀਂ ਖਾਂਦੇ ਮੈਂ ਚਿੱਟੇ ਰਾਜਮਾਹ ਨਾਲ ਬਹੁਤ ਵਧੀਆ ਲੱਗਦੇ ਨੇ ਵਧੀਆ ਬਣ ਗਏ ਵਾਹਿਗੁਰੂ ਜੀ ਹੁਣ ਨਿਬੜ ਗਏ ਅਸੀਂ ਅੰਦਰ ਚੱਲੇ ਹਾਂ ਥੋੜ੍ਹੀ ਰੈਸਟ ਕਰਾਂਗੇ
दोपहर का यह करके हटी हाँ। ठीक है जी, फिर अगली वीडियो च मिलते हैं। वाहिगुरु जी का खालसा, वाहिगुरु जी की फतेह।